ਸਕ੍ਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਇਹ ਤਸਵੀਰਾਂ ਨਵਜੋਤ ਸਿੱਧੂ ਦੇ بیٹے ਕਰਨ ਦੇ ਵਿਆਹ ਦੀਆਂ ਨੇ ਨਵਜੋਤ ਸਿੱਧੂ ਦੇ ਘਰ ਰੌਣਕਾਂ ਲੱਗੀਆਂ ਨੇ ਦੱਸਦੀ ਹੈ ਕਿ ਸਾਬਕਾ క్రికెਟਰ ਤੇ ਸਾਬਕਾ ਐਮਪੀ ਰਹੇ ਨਵਜੋਤ ਸਿੱਧੂ ਜੋ ਕਿ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਚਾਰਾ ਵੀ ਨੇ ਉਹਨਾਂ ਦੇ بیٹے ਕਰਨ ਦੇ ਵਿਆਹ ਦੀਆਂ ਤਸਵੀਰਾਂ ਨੇ ਦੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਝੂਮਦੇ ਹੋਏ ਨਜ਼ਰ ਆ ਰਹੇ ਨੇ ਕਹਿ ਲਈਏ ਕਿ ਨਵਜੋਤ ਸਿੱਧੂ ਦੇ بیٹے ਦਾ ਵਿਆਹ ਤੇ ਸਿੱਧੂ ਨੂੰ ਗੋਡੀ-ਗੋਡੀ ਛਾ ਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਨੱਚਿਆ ਜਾ ਰਿਹਾ ਹੈ ਹਾਲਾਂਕਿ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰਿਆ ਹੈ ਪਿਛਲੇ ਕੁਝ ਸਾਲਾਂ ਤੋਂ ਪਰਿਵਾਰ ਗੱਲ ਕੀਤੀ ਜਾਵੇ ਇੱਕ ਸਾਲ ਜੇਲ੍ਹ ਦੇ ਵਿੱਚ ਬੰਦ ਰਹੇ ਨਹੀਂ ਨਵਜੋਤ ਸਿੱਧੂ ਉੱਥੇ ਦੂਸਰੇ ਪਾਸੇ ਪਤਨੀ ਨਵਜੋਤ कौर ਸਿੱਧੂ ਜੋ ਕਿ ਬਿਮਾਰ ਰਹੇ ਨਹੀਂ 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 ਕੈਂਸਰ ਦਾ ਇਲਾਜ ਚੱਲਦਾ ਰਿਹਾ ਹੈ ਤੇ ਇਸੇ ਵਿਚਾਲੇ ਕਿਤੇ ਨਾ ਕਿਤੇ ਖੁਸ਼ੀ ਦੀ ਖਬਰ ਪਰਿਵਾਰ ਦੇ ਲਈ ਜ਼ਰੂਰ ਹੈ ਤਸਵੀਰਾਂ ਨਵਜੋਤ ਸਿੱਧੂ ਦੇ بیٹے ਕਰਨ ਦੇ ਵਿਆਹ ਦੀਆਂ ਨੇ ਸਕ੍ਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਇਹ ਤਸਵੀਰਾਂ ਨਵਜੋਤ ਸਿੱਧੂ ਦੇ بیٹے ਕਰਨ ਦੇ ਵਿਆਹ ਦੀਆਂ ਨੇ ਨਵਜੋਤ ਸਿੱਧੂ ਦੇ ਘਰ ਰੌਣਕਾਂ ਲੱਗੀਆਂ ਨੇ ਦੱਸਦੀ ਹੈ ਕਿ ਸਾਬਕਾ ਕ੍ਰਿਕਟਰ ਤੇ ਸਾਬਕਾ ਐਮਪੀ ਰਹੇ ਨਵਜੋਤ ਸਿੱਧੂ ਜੋ ਕਿ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਚਾਰਾ ਵੀ ਨੇ ਉਹਨਾਂ ਦੇ بیٹے ਕਰਨ ਦੇ ਵਿਆਹ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਝੂਮਦੇ ਹੋਏ ਨਜ਼ਰ ਆ ਰਹੇ ਨੇ ਕਹਿ ਲਈਏ ਕਿ ਨਵਜੋਤ ਸਿੱਧੂ ਦੇ بیٹے ਦਾ ਵਿਆਹ ਤੇ ਸਿੱਧੂ ਨੂੰ ਗੋਡੀ-ਗੋਡੀ ਛਾ ਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਨੱਚਿਆ ਜਾ ਰਿਹਾ ਹੈ ਹਾਲਾਂਕਿ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰਿਆ ਹੈ ਪਿਛਲੇ ਕੁਝ ਸਾਲਾਂ ਤੋਂ ਪਰਿਵਾਰ ਗੱਲ ਕੀਤੀ ਜਾਵੇ ਇੱਕ ਸਾਲ ਜੇਲ੍ਹ ਦੇ ਵਿੱਚ ਬੰਦ ਰਹੇ ਨੀ ਨਵਜੋਤ ਸਿੱਧੂ ਉੱਥੇ ਦੂਸਰੇ ਪਾਸੇ ਪਤਨੀ ਨਵਜੋਤ कौर ਸਿੱਧੂ ਜੋ ਕਿ ਬਿਮਾਰ ਰਹੇ ਨੀ ਨਹੀਂ ਨਹੀਂ ਕੈਂਸਰ ਦਾ ਇਲਾਜ ਚੱਲਦਾ ਰਿਹਾ ਹੈ ਤੇ ਇਸੇ ਵਿਚਾਲੇ ਕਿਤੇ ਨਾ ਕਿਤੇ ਖੁਸ਼ੀ ਦੀ ਖਬਰ ਪਰਿਵਾਰ ਦੇ ਲਈ ਜ਼ਰੂਰ ਹੈ ਤਸਵੀਰਾਂ ਨਵਜੋਤ ਸਿੱਧੂ ਦੇ بیٹے ਕਰਨ ਦੇ ਵਿਆਹ ਦੀਆਂ ਨੇ ਸਕ੍ਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਇਹ ਤਸਵੀਰਾਂ ਨਵਜੋਤ ਸਿੱਧੂ ਦੇ بیٹے ਕਰਨ ਦੇ ਵਿਆਹ ਦੀਆਂ ਨੇ ਨਵਜੋਤ ਸਿੱਧੂ ਦੇ ਘਰ ਰੌਣਕਾਂ ਲੱਗੀਆਂ ਨੇ ਦੱਸਦੀ ਹੈ ਕਿ ਸਾਬਕਾ క్రికెਟਰ ਤੇ ਸਾਬਕਾ ਐਮਪੀ ਰਹੇ ਨਵਜੋਤ ਸਿੱਧੂ ਜੋ ਕਿ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਚਾਰਾ ਵੀ ਨੇ ਉਹਨਾਂ ਦੇ بیٹے ਕਰਨ ਦੇ ਵਿਆਹ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਝੂਮਦੇ ਹੋਏ ਨਜ਼ਰ ਆ ਰਹੇ ਨੇ ਕਹਿ ਲਈਏ ਕਿ ਨਵਜੋਤ ਸਿੱਧੂ ਦੇ بیٹے ਦਾ ਵਿਆਹ ਤੇ ਸਿੱਧੂ ਨੂੰ ਗੋਡੀ-ਗੋਡੀ ਚਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਖੁਸ਼ੀ ਦੇ ਨਾਲ ਉਹ ਨੱਚਿਆ ਜਾ ਰਿਹਾ ਹੈ ਹਾਲਾਂਕਿ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰਿਆ ਹੈ ਪਿਛਲੇ ਕੁਝ ਸਾਲਾਂ ਤੋਂ ਪਰਿਵਾਰ ਗੱਲ ਕੀਤੀ ਜਾਵੇ ਇੱਕ ਸਾਲ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਨਵਜੋਤ ਸਿੱਧੂ ਉੱਥੇ ਦੂਸਰੇ ਪਾਸੇ ਪਤਨੀ ਨਵਜੋਤ कौर ਸਿੱਧੂ ਜੋ ਕਿ ਬਿਮਾਰ ਰਹੇ ਨਹੀਂ ਇਨਹੀਂ ਨਹੀਂ ਕੈਂਸਰ ਦਾ ਇਲਾਜ ਚੱਲਦਾ ਰਿਹਾ ਹੈ ਤੇ ਇਸੇ ਵਿਚਾਲੇ ਕਿਤੇ ਨਾ ਕਿਤੇ ਖੁਸ਼ੀ ਦੀ ਖਬਰ ਪਰਿਵਾਰ ਦੇ ਲਈ ਜ਼ਰੂਰ ਹੈ ਤਸਵੀਰਾਂ ਨਵਜੋਤ ਸਿੱਧੂ ਦੇ بیٹے ਕਰਨ ਦੇ ਵਿਆਹ ਦੀਆਂ ਨੇ